ਤਾਂ ਡਗਮਗਾਉਗੀ ਕਿਉਂਕਿ ਜਦੋਂ ਤੁਸੀਂ ਫਾਈਲ ਲਗਾਉਂਦੇ ਹੋ ਇਹ ਸੰਦੇਸ਼ ਹੈ ਸਾਰਿਆਂ ਵਾਸਤੇ ਤੁਸੀਂ ਪਲੀਜ਼ ਰਿਕੁਐਸਟ ਹੈ ਚਾਹੇ ਕੋਈ ਵੀ ਏਜੰਟ ਤੋਂ ਲਗਵਾ ਰਹੇ ਹੋ ਕੰਸਲਟੈਂਟ ਲਗਵਾ ਰਹੇ ਹੋ ਜਿਹੜੀ ਵੀ ਫਾਈਲ ਤੁਸੀਂ ਡਿਪੋਜ਼ਿਟ ਕਰਾ ਰਹੇ ਹੋ ਫਾਈਲ ਦੀ ਕਾਪੀ ਆਪਣੇ ਕੋਲ ਜ਼ਰੂਰ ਰੱਖੋ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਉਸ ਕਾਪੀ 'ਚ ਗਿਆ ਕੀ ਸੀਗਾ ਅਸੀਂ ਇਹਨਾਂ ਦਾ ਉਹੀ ਪੇਪਰ ਮੰਗਾਏ ਕਿ ਐਸਓਪੀ ਦੇ ਦਿਓ ਆਫਰ ਲੈਟਰ ਦੇ ਦਿਓ ਬਾਕੀ ਦੇਖ ਲੈਂਦੇ ਹਾਂ ਅਸੀਂ ਕੀ ਬਣੇ ਇੱਕ ਰਿਫਿਊਜ਼ਲ ਦੇ ਦਿਓ ਸਾਨੂੰ ਦੋ ਡਾਕੂਮੈਂਟ ਇਹਨਾਂ ਤਿੰਨ ਪ੍ਰੋਵਾਈਡ ਕਰਵਾਏ ਅੱਜ ਦੇਖ ਲਓ ਵੀਜ਼ਾ ਆਇਆ ਹੈ ਕਦੋਂ ਕਦੋਂ ਇਸੇ ਤਰ੍ਹਾਂ ਇਹਦਾ ਮੈਡੀਕਲ ਵੀ ਐਕਸਪਾਇਰ ਹੋ ਚੁੱਕਿਆ ਅਕਤੂਬਰ ਮਹੀਨੇ ਸਤੰਬਰ ਕਿ ਅਕਤੂਬਰ 'ਚ ਅਕਤੂਬਰ 'ਚ ਮੈਡੀਕਲ ਵੀ ਐਕਸਪਾਇਰ ਹੋ ਗਿਆ ਬਟ ਵੀਜ਼ਾ ਇਹ ਮੁੰਡੇ ਦਾ ਆ ਗਿਆ ਹੈ ਅਕਤੂਬਰ ਇੰਟੇਕ ਸੀ ਨਾ ਅਕਤੂਬਰ ਇੰਟੇਕ ਸੀ ਉਹ ਤਾਂ ਡੈਫਰ ਕਰਤਾ ਹੋਇਆ ਸੀਗਾ ਤੇ ਅੱਜ ਮੁੰਡੇ ਦਾ 1 ਤਰੀਕ ਨੂੰ ਜਨਮ ਦਿਨ ਸੀਗਾ ਤੇ ਸਾਡੀ ਤਰਫ ਤੋਂ ਸੈਕੰਡ ਆਪਸ਼ਨ ਕੀ ਸੈਕੰਡ ਗਿਫਟ ਕੈਨੇਡਾ ਦਾ ਵੀਜ਼ਾ ਇਹ ਜਿਹੜਾ ਹੈ 1 ਅਕਤੂਬਰ ਨੂੰ ਹੀ ਮੁੰਡੇ ਦਾ ਅਪਰੂਵਡ ਹੋਇਆ ਸੋ ਇਹ ਮੁੰਡਾ ਹੁਣ ਜਾਊਗਾ ਕੈਨੇਡਾ ਸੋ ਸਭ ਤੋਂ ਪਹਿਲੇ ਤੁਸੀਂ ਘਬਰਾਉਣਾ ਨਹੀਂ ਹੈ परिवार चो कोई फोन च गल नहीं लेकिन फिर भी अज इन्हां दा कनेडा वीजा आया हुण तुसीं सोचोगे होया किदां यार एक जरिया हुंदा है मिस्टर करण जो कि मेरे नेड़े रहिंदे ने ठीक है जी मिस्टर राहुल मेरे नेड़े रहिंदे ने ते इन्हां दे थ्रू मेरे नाल गल हुई सी ਤੁਹਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਅਸੀਂ ਆਪਣੇ ਅਕਾਊਂਟਾਂ ਚ ਪਵਾਈ ਹੋਵੇ ਕੋਈ ਪੈਸਾ ਹੀ ਮੰਗਵਾਇਆ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਮਤਲਬ GIC ਦੀ ਫੀਸ ਅਸੀਂ ਪਵਾਈ ਹੋਵੇ ਤੁਸੀਂ ਕਿੱਥੋਂ ਭਰਾਈ ਫੀਸ ਸਾਰੀ ਆਪੇ ਭਰੀ ਸਾਰੇ ਅਕਾਊਂਟਾਂ ਇਹਨਾਂ ਦਾ ਆਪ ਹੀ ਆਇਆ ਸਾਡੇ ਕੋਲ 1.54 ਨਹੀਂ ਆਈ ਹੋਈ ਹੈ ਨਾ ਕਰਨ ਨੇ ਲਈ ਹੈ 54 ਆਪਣੇ ਅਕਾਊਂਟ ਚ ਨਾ ਇਹਨਾਂ ਨੇ ਲਈ ਸੀਗੀ ਸਾਡਾ ਕੰਮ ਹੈਗਾ ਕਿ ਕਿਸੇ ਦਾ ਪਾਸਪੋਰਟ ਖਾਲੀ ਨਹੀਂ ਰਹਿਣਾ ਚਾਹੀਦਾ ਅਗਲੇ ਬੱਚੇ ਦਾ ਭਵਿੱਖ ਬਣਿਆ ਹੈ ਤਾਇਆ ਜੀ ਖੁਸ਼ ਹੋ ਮੁੰਡਾ ਜਾ ਰਿਹਾ ਕੈਨੇਡਾ ਉਹ ਸਭ ਤੋਂ ਵੱਡੀ ਕੋਰ ਗੱਲ ਦਾ ਜ਼ਿੰਦਾ ਹੈ ਪਹਿਲਾ ਭਰਾ ਮਨਵੀਰ 18-20 ਸਾਲ ਦਾ ਸੀਗਾ ਉਹ ਵੀ ਕੈਨੇਡਾ ਜੋ ਕਿ ਪੰਜਾਬ ਚੋਂ ਪੂਰਾ ਹਰਾਸਮੈਂਟ ਹੋ ਗਿਆ ਨਹੀਂ ਦਿੱਤਾ ਕਿਸੇ ਨੇ ਪੱਲਾ ਵੜਾਇਆ ਉਸ ਤੋਂ ਬਾਅਦ ਆਸ਼ੂ ਭਰਦਵਾਜ ਦੇ ਨਾਲ ਸਾਥ ਜੁੜਿਆ ਅੱਜ ਮੁੰਡਾ ਕੈਨੇਡਾ ਬੈਠਾ ਆ 24 ਦਸੰਬਰ ਦਾ ਉਸ ਤੋਂ ਬਾਅਦ ਇਹਨਾਂ ਦਾ ਬ੍ਰਦਰ ਸਗਾ ਬ੍ਰਦਰ ਨਵਜੋਤ ਸਿੰਘ UK ਤੋਂ ਰਿਫਿਊਜ਼ ਤਾਂ ਕੈਨੇਡਾ ਤੋਂ ਰਿਫਿਊਜ਼ ਤਾਂ ਆਸਟ੍ਰੇਲੀਆ ਤੋਂ ਰਿਫਿਊਜ਼ ਤਾਂ ਅੱਜ ਫਰੈਸ਼ ਪਾਸਪੋਰਟ ਤੇ ਆਸਟ੍ਰੇਲੀਆ ਬੈਠਾ ਹੋਇਆ ਇਹਨਾਂ ਦੀ ਭਰਜਾਈ 3 ਸਾਲ ਦਾ ਵੀਜ਼ਾ ਮਿਲਿਆ ਆ ਉਹ ਵੀ ਹਸਬੰਡ ਵਾਈਫ ਦੋਨਾਂ ਨੂੰ ਆਏ ਫਰੈਸ਼ ਪਾਸ ਅੱਜ ਇਹ ਮੁੰਡਾ ਇਹਨਾਂ ਦੇ ਘਰ ਦਾ ਇੱਕ ਹੋਰ ਚਿਰਾਗ ਜਲ ਗਿਆ ਸਮਝੋ ਕੈਨੇਡਾ ਪਹੁੰਚ ਗਿਆ ਠੀਕ ਹੈ ਨਾ ਤੇ ਬਾਕੀ ਬਚੇ ਹੁਣ ਸਾਡਾ ਇੱਕ ਭਰਾ ਏ ਥੋੜੀ ਵਾਰੀ ਇਹਦੀ ਹੈ ਇਹਨੂੰ ਅੰਦਰ ਰੱਖਣਾ ਨਾ ਇਹਦੀ ਵੀ ਤਿਆਰੀ ਹੈ ਕਿਉਂਕਿ ਅਗਲੀ ਵਾਰੀ ਦੀ ਹੈ ਚਲੋ ਐਨੀਵੇ ਇਹ ਸੈਲੀਬ੍ਰੇਸ਼ਨ ਤਾਂ ਸਾਡੀ ਸਿਰਫ ਇੱਕੋ ਹੀ ਮੁਹਿੰਮ ਹੈ ਕਿਸੇ ਦਾ ਪਾਸਪੋਰਟ ਖਾਲੀ ਨਹੀਂ ਰਹਿਣਾ ਚਾਹੀਦਾ ਮੈਂ ਕਹਿੰਦਾ ਇੱਕ ਵਾਰੀ ਸਿਰਫ ਇੱਕ ਵਾਰੀ ਮੇਰੇ ਨਾਲ ਆ ਕੇ ਆਪਣੇ ਪੇਪਰ ਜੂ ਡਿਸਕਸ ਕਰੋ ਇੱਕ ਵਾਰੀ ਆ ਕੇ ਜਦੋਂ ਵੀ ਟਾਈਮ ਮਿਲਦਾ ਜਦੋਂ ਵੀ ਹਾਂ ਕਾਫੀ ਲੋਕ ਕਹਿੰਦੇ ਕਿ ਯਾਰ ਇਹ ਬੰਦਾ ਪੱਲਾ ਨਹੀਂ ਫੜਾਉਂਦਾ ਹਾਂ ਮੈਂ ਰਿਅਲਟੀ ਨਹੀਂ ਫੜਾਉਂਦਾ ਪੱਲਾ ਕਿਉਂਕਿ ਮੇਰੇ ਕੋਲ ਕਾਲਿੰਗ ਬਹੁਤ ਆਉਂਦੀ ਹੈ ਮੇਰਾ ਕੰਮ ਕੁਝ ਹੋਰ ਹੈ ਇਹ ਤਾਂ ਮੈਂ ਜਸਟ ਲੋਕਾਂ ਨੂੰ ਇੱਕ ਰਾਈਟ ਵੇ ਤੇ ਪਾਇਆ ਹੋਇਆ ਇੱਕ ਪੱਥ ਤੇ ਚੜਾਇਆ ਹੋਇਆ ਕਿ ਬਈ ਕਿਸੇ ਨੇ ਵੀ ਆਪਣਾ ਪੈਸਾ ਨਹੀਂ ਖਰਾਬ ਕਰਨਾ ਕਿਸੇ ਨੇ ਆਪਣਾ ਜ਼ਮੀਨ ਜਾਇਦਾਦ ਨਹੀਂ ਕਰਨੀ ਹੈ ਕਿ 10 ਸਾਲ ਪਹਿਲੇ ਵੀ ਇੱਕ ਪੈਲੀ ਵਿਕਦੀ ਸੀ ਅੱਜ ਵੀ ਇੱਕ ਪੈਲੀ ਵਿਕਦੀ ਹੈ ਇਹ ਧਮਾਕੇ ਆਪਣੇ ਆਪ ਕਿਉਂ ਹੀ ਜਾਂਦੇ ਮੈਨੂੰ ਤਾਂ ਖੁਸ਼ੀ ਜ਼ਿਆਦਾ ਹੀ ਹੈ ਸੱਚੀ ਆਇਆ ਵੀ ਥੱਲੇ ਦੀ ਹੈ ਚਲੋ ਐਨੀਵੇ ਲੋ ਪਾਇਆ ਜੀ ਨਹੀਂ ਫੋਟੋ ਮਿਲਦਾ ਵੀ ਵਧੀਆ ਠੀਕ ਹੈ ਜੀ ਹਾਂਜੀ